ਪਹਿਲਾਂ ਵਾਲੀ ਦੀ ਟੀਮ ਬਲਕਾਰ ਸਿੰਘ ਜੀ ਸਰਾ ਉਹਨਾਂ ਦਾ ਪਿੰਡ ਹੈ ਸੂਬਾ ਸਿੰਘ ਉਹਨਾਂ ਦਾ ਪਿੰਡ ਹੈ ਮੰਤਰੀ ਦੇ ਨਾਨਕਿਆਂ ਦਾ ਪਿੰਡ ਹੈ ਸੁਖਦੇਵ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ ਪਿੰਡ ਹੈ ਉਹ ਸਮਾਜ ਸੇਵਕ ਨੇ ਔਰ ਦੂਸਰੇ ਪਾਸੇ ਜਿਹੜੀ ਟੀਮ ਹਿੰਮਤਪੁਰੇ ਦੀ ਹੈ ਉਧਰ ਸਾਰਾ ਵੀਰ ਪਿੰਡਾ ਨੀਟਾ ਕਾਰ ਬਾਜ਼ਾਰ ਜੀਰੇ ਵਾਲੇ ਯੱਗੋ ਜੀ ਸਾਰੇ ਭਰਾਵਾਂ ਦਾ ਗਹਿ ਗੱਡਵਾ ਧੰਨਵਾਦ ਹੈ ਇੱਥੇ ਪੁੱਜਣ ਤੇ ਮੇਰੀ ਬੇਨਤੀ ਹੈ ਵੀ ਮੈਚ ਜਿਹੜਾ ਉਹ ਸਿਰੇ ਦਾ ਹੀ ਸ਼ੁਰੂ ਹੋਣਾ ਹੈ ਦੋਨੇ ਟੀਮਾਂ ਨੂੰ ਬੇਨਤੀ ਹੈ ਵੀ ਇਹ ਗੁਰੂਆਂ ਦੀ ਧਰਤੀ ਹੈ ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਕਿਸੇ ਨੇ ਕੋਈ ਰਲ ਕੇ ਮੈਚ ਨਹੀਂ ਲਾਉਣਾ ਜੇ ਰਲ ਕੇ ਵੀ ਮੈਚ ਲੱਗ ਗਿਆ ਤੇ ਤੁਹਾਨੂੰ ਆਪ ਹੀ ਨਤੀਜਾ ਉਹਦਾ ਮਿਲ ਜਾਣਾ ਮੈਚ ਪੂਰਾ ਸਿਰੇ ਦਾ ਆਉਣਾ ਹਿੰਮਤਪੁਰਾ ਤੇ ਦੂਜੇ ਪਾਸੇ ਟੀਮਾਂ ਵਕੀਲਾਂ ਵਾਲੇ ਦੀ ਹਿੰਮਤਪੁਰੇ ਦੀ ਟੀਮ ਆ ਗਈ ਜਲਦੀ ਮਾੜਾ ਜਾ ਗਰਾਊਂਡ 'ਚ ਹਿੰਮਤਪੁਰੇ ਨੂੰ ਬੇਨਤੀ ਹੈ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਰੇ ਖਿਡਾਰੀ ਮੇਰੇ ਸਾਰਿਆਂ ਦਾ ਧੰਨਵਾਦ ਰਾਜੂ ਨੇ ਸਾਡੇ ਵੀਰ ਜਿਨ੍ਹਾਂ ਨੇ ਮੈਚ ਖੇਡਿਆ ਸਿਰਾ ਕਰਾਇਆ ਇਹਨਾਂ ਦਾ ਵੀ ਪ੍ਰਧਾਨ ਸਾਹਿਬ ਜੀ ਆਪਾਂ ਭਿੰਡਰਾ ਵਾਲੇ ਦਾ ਪੂਰਾ ਮਾਨ ਸਨਮਾਨ ਕਰਨਾ ਹੈ ਉਧਰ ਬਾਈ ਗੁਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਕਹਿੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਾਧੂ ਸਿੰਘ ਹਰਦਾਸੇ ਦਾ ਵਿਸ਼ੇਸ਼ ਸਨਮਾਨ ਹੈ ਉਧਰ ਜੀਤਾ ਗੱਬਰ ਸਿੰਘ ਜੀ ਪ੍ਰਧਾਨ ਚੂੜ ਚੱਕ ਵਾਲੇ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜਾ ਪ੍ਰਬੰਧਕ ਕਮੇਟੀ ਦੇ ਲਈ ਪੁੱਜੇ ਹੈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਗੱਬਰ ਸਿੰਘ ਜੀ ਪ੍ਰਧਾਨ ਚੂੜ ਚੱਕ ਵਾਲੇ ਤੇ ਨਾਲ 23-24 ਦੇ ਲਈ ਸੁਨੇਹਾ ਵੀ ਦੇ ਰਹੇ ਹੈ ਵੀ ਉੱਥੇ ਚੂੜ ਚੱਕ ਦੇ ਵਿੱਚ ਟੂਰਨਾਮੈਂਟ ਹੈ ਮੇਰੀ ਬੇਨਤੀ ਹੈ ਕਬੱਡੀ ਦੀ ਇੱਕ ਟੀਮ ਬਾਕੀ ਹੈ ਉਹ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਹਿੰਮਤਪੁਰੇ ਦੀ ਟੀਮ ਜਲਦੀ ਆ ਜਾਵੇ ਗਰਾਊਂਡ ਦੇ ਵਿੱਚ ਉਧਰ ਕਹਿੰਦੇ ਵੱਡਾ ਜਿਹੜਾ ਮਹਿੰਗਾ ਮੋਬਾਈਲ ਲੈ ਵੀ ਸੋਨੀ ਮਾਨ ਸਨਮਾਨ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹਿੰਮਤਪੁਰੇ ਦੀ ਟੀਮ ਬੇਨਤੀ ਵੀ ਟੀਮ ਆ ਜਾਵੇ ਲੈ ਉਧਰ ਬੁੱਧ ਸਿੰਘ ਜੀ ਇੰਗਲੈਂਡ ਤੇ ਮੇਹਰ ਸਿੰਘ ਜੀ ਮੈਂਬਰ ਪੁੱਜੇ ਸੱਦਾ ਸਿੰਘ ਵਾਲੇ ਤੋਂ ਜੇਕਰ ਹਿੰਮਤਪੁਰੇ ਦੀ ਟੀਮ ਫਾਈਨਲ ਦੇ ਵਿੱਚ ਫਸਟ ਪ੍ਰਾਈਜ਼ ਚੱਕਦੀ 500 ਰੁਪਏ ਦਿੱਤਾ ਜਾਣਾ ਹੈ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਗੋਸ਼ੀ ਸਰ ਬਲਵਿੰਦਰ ਸਿੰਘ ਜੀ ਬਾਸੀ ਸਾਹਿਬ ਕੈਨੇਡਾ ਵਾਲੇ ਉਹਨਾਂ ਦੇ ਪੁੱਤਰ ਬਲਜੀਤ ਸਿੰਘ ਜੀ ਮੁਬਾਰਕਬਾਦ ਦੇ ਰਹੇ ਨੇ ਕਹਿੰਦੇ ਸਾਡਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਬੈਠਾ ਹੈ ਇਹ ਵੀ ਬਾਬੇ ਦੀ ਮਿਹਰ ਹੈ ਮੇਰੀ ਪੀਰੀ ਦੇ ਮਾਲਕ ਦੀ ਮਿਹਰ ਹੈ ਬਹੁਤ ਸਿੰਘ ਜੀ ਧੰਨਵਾਦ ਰੌਣਕਾਂ ਤੇਰੀ ਪਿੰਡ ਵੀ ਕੱਲ੍ਹ ਲਾਉਣੀ ਆ ਬਹੁਤ ਧੰਨਵਾਦ ਹੈ ਯਸ ਜੀ ਸਾਡੇ ਸਰਾਂ ਸਾਹਿਬ ਮੈਂ ਬੇਨਤੀ ਕਰੂੰ ਹਿੰਮਤਪੁਰਾ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਉਧਰ ਗੁਰਪ੍ਰੀਤ ਹੋਣੀ ਕਹਿੰਦੇ ਬਾਈ 24 ਤੇ 25 ਤਰੀਕ ਭੱਜੀ ਆਉਂਦੀ ਵੀਰੇ ਉਹਨੇ ਬਾਈ ਕਸ਼ਮੀਰ ਉਹਨੇ ਪੁੱਜੇ ਹੈ ਕਹਿੰਦੇ ਰੌਣਕਾਂ ਲਾਵਾਂਗੇ ਬਰਨਾਲੇ ਦੇ ਵਿੱਚ ਤੇ ਉੱਥੇ ਸੱਜੇ ਰਸੋਈਆਂ ਬਲੈਤਲ ਗਾਵਾਂ ਦੇਵਾਂਗੇ ਬੈਸਟ ਲੀਡਰ ਤੇ ਜਾਫੀ ਦੇ ਲਈ ਮਾਨ ਸਨਮਾਨ ਹੈ ਉੱਥੇ ਜੀਤੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਗੁਰਜ ਦੇ ਨਾਲ ਆਪਾਂ ਧੰਨਵਾਦ ਕਰਾਂਗੇ ਸਾਡੇ ਭਰਾਵਾਂ ਦਾ ਬਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਉੱਤੇ ਵੱਡਾ ਮਾਣ ਹੈ ਮੈਚ ਜਲਦੀ ਸ਼ੁਰੂ ਕਰਾਂਗੇ ਦੋਨੋਂ ਟੀਮਾਂ ਦੇ ਰਹਿੰਦੇ ਪਲੇਅਰ ਜਲਦੀ ਆਓ ਮੇਰੇ ਵੀਰ ਭਾਜੀ ਥੋੜੇ ਥੋੜੇ ਉਹਨੂੰ ਪਿੱਛੇ ਆ ਜਾਈਏ ਚੀਰੇ ਮੇਰੇ ਕੋਲ ਭੱਜ ਕੇ ਸਨਮਾਨ ਕਰਦੀ ਆਪਾਂ ਭਿੰਡਰਾਂ ਦੀ ਸਾਰੀ ਟੀਮ ਦਾ ਸਨਮਾਨ ਕੀਤਾ ਜਾ ਰਿਹਾ ਕੈਮਰੇ ਵਾਲੇ ਵੀਰ ਕੈਮਰਾ ਵਾਲੇ ਕਹਿੰਦੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਦੋਨੇ ਟੀਮਾਂ ਦੇ ਬਾਕੀ ਪਲੇਅਰ ਵੀ ਗਰਾਊਂਡ 'ਚ ਆ ਜਾਣ ਵਕੀਲਾਂ ਵਾਲੇ ਵੀ ਸਾਰੀ ਟੀਮ ਗਰਾਊਂਡ 'ਚ ਆ ਗਈ ਹੈ
बेस्ट रेडर जाफी जिन्होंने करने ना बूटा उमरियाना ते नाल साढ़े एक जना अंग्रेजी तुसी लग जाओ दो जने बेस्ट रेडर ते जाफी करन के बूटा जी थोड़ा धन्यवाद है बेनती है कृपा करके उधर कपूरिया दे विच भी सिरे दे मैच खेडे जा रहे हैं चतरे भी रौनकां लगणगियां ते 31 तरीक नूं कहिंदे जनेर दे विच भी मोटरसाइकिल है आप सब नूं सुनेह मान सन्मान पिंडरां दे सरपंच साहब जी गड्डी च बैठिया ने फोन लाया सी आपां जदों लुधियाने नूं जा रहे सी ਪਿੰਡਾਂ ਦੇ ਮੁੰਡੇ ਨੂੰ ਕਿ ਬਾਈ ਤੂੰ ਟੀਮ ਬਣਾਉਣੀ ਉਹਨਾਂ ਨੇ ਟੀਮ ਬਣਾਈ ਸੈਮੀ ਚ ਹਰੀ ਹੈ ਵੱਡਾ ਮਾਨ ਸਨਮਾਨ ਦੋਨਾਂ ਪਲੇਅਰਾਂ ਦਾ ਕੱਪਾ ਵਿਰਾਲ ਲੈ ਵੀ ਸ਼ੀਰੀਆ ਮਾਨ ਪੂਰਾ ਕਰਦੇ ਇਹਨਾਂ ਗੱਭਰੂਆਂ ਦਾ ਟੀਮ ਆਪਣੇ ਏਰੀਏ ਦੀ ਹੈ ਮੈਂ ਬੇਨਤੀ ਕਰੂੰਗਾ ਹਿੰਮਤਪੁਰਾ ਜਲਦੀ ਆ ਜਾਣ ਕਬੱਡੀ ਦੇ ਮੈਦਾਨ ਦੇ ਵਿੱਚ ਹਿੰਮਤਪੁਰੇ ਵਾਲੇ ਧੰਨਵਾਦ ਆ ਸਾਰੇ ਸ਼ੀਰੇ ਬੇਨਤੀ ਹੈ ਕਿਰਪਾ ਕਰਕੇ ਹਿੰਮਤਪੁਰੇ ਦੀ ਟੀਮ ਜਲਦੀ ਆਵੇ ਗਰਾਊਂਡ ਦੇ ਵਿੱਚ ਹਿੰਮਤਪੁਰੇ ਦੀ ਟੀਮ ਜਲਦੀ ਆਵੇ ਉਧਰ ਜੇ ਕਿਤੇ ਗਗਨ ਦਸਤ ਨਿਕਲਦਾ ਤੇ ਕਮਲ ਉਹਦੀ ਐਲਾਨ ਕਰਦੇ ਵੀ ਜਿਹੜੀ ਵੀ ਚੀਜ਼ ਤੇ ਹੱਥ ਰੱਖੂ ਆਪਾਂ ਉਹੀ ਚੀਜ਼ ਲੈ ਦਾਂਗੇ ਉਧਰ ਕਰਮਜੀਤ ਸਿੰਘ ਜੀ ਕਾਲੇ ਕੇ ਪਿੰਡ ਤੋਂ ਨੇੜੇ ਜਿਹੜੇ ਬੈਠੇ ਆਪਾਂ ਧੰਨਵਾਦ ਕਰਾਂਗੇ ਸਾਡੇ ਬਾਈ ਸ਼ਿੰਦਰ ਸਿੰਘ ਜੀ ਜਥੇਦਾਰ ਤਾਰਾ ਸਿੰਘ ਜੀ ਰਾਮ ਸਿੰਘ ਜੀ ਸਾਰਿਆਂ ਨੇ ਵੱਡੇ ਸੇਵਾ ਦੇ ਨਾਲ ਟੈਮ ਦੇ ਨਾਲ ਸੇਵਾ ਨਿਭਾਈ ਸਾਰੇ ਭਰਾਵਾਂ ਦਾ ਧੰਨਵਾਦ ਲੈ ਵੀ ਸਿਰਿਆ ਭਿੰਡਰਾਂ ਵਾਲੇ ਨੂੰ ਤੋਰਦੇ ਮੇਰਾ ਵੀਰ ਲੈ ਮਾਇਆ ਦੇ ਗੱਫੇ ਦਈਏ ਇਹਨਾਂ ਨੂੰ ਆਪਾਂ ਹਿੰਮਤਪੁਰਾ ਸਾਡੇ ਵੀਹ ਤੇ 21 ਫਾਈਨਲ ਮੈਚ ਜਿਹਦੀ ਡਿਊਟੀ ਦੀ ਬਾਹਰ ਚਲੇ ਜਾਓ ਮੇਰੇ ਵੀਰ ਪ੍ਰਬੰਧਕ ਆਖ ਰਹੇ ਆ ਵੀ ਇਕੱਲੀ ਗਰਾਊਂਡ ਖਿਡਾਰੀਆਂ ਨੂੰ ਦੇ ਦਈਏ ਮੇਰੀ ਬੇਨਤੀ ਹੈ ਜਿਹਦੀ ਡਿਊਟੀ ਨੇ ਉਧਰ ਗੁਰਤੇਜ ਸਰਪੰਚ ਹੋਣੀ ਵੀ ਕਹਿੰਦੇ ਵੀ ਗਗਨ ਜਿਹੜੀ ਚੀਜ਼ ਤੇ ਹੱਥ ਰੱਖੋ ਉਹੀ ਦੇ ਦਾਂਗੇ ਇੱਕ ਵਾਰੀ ਬੈਸਟ ਆ ਜਾਵੇ ਤੇ ਕਬੱਡੀ ਕੱਪ ਦਾ ਉਧਰ ਕਮਲ ਹੋਣੀ ਐਲਾਨ ਕਰਦੇ ਆ ਯੂਐਸ ਦੇ ਵਿੱਚੋਂ ਵੀ ਆਪਾਂ ਵੀ ਮਾਨ ਤੇ ਸਨਮਾਨ ਦੇਣੇ ਆ ਮੇਰੀ ਬੇਨਤੀ ਹੈ ਵੀ ਮੈਚ ਸ਼ੁਰੂ ਕਰ ਦਿੱਤਾ ਜਾਵੇ ਕਿਰਪਾ ਕਰਕੇ ਪਾਵਰ ਸਕੋਰਿੰਗ ਹੀ ਹੈ ਜਿਹੜੀ ਗੁਰਤੇਜ ਸਿੰਘ ਜੀ ਸਰਪੰਚ ਬਲਟੋਹੇ ਵਾਲੇ ਯਾਰ ਆ ਵੱਡਾ ਮਾਣ ਕਰਦੇ ਹੈ 500 ਰੁਪਇਆ ਕਲੱਬ ਨੂੰ ਮਾਈਕ ਸਹਾਇਤਾ ਦੇ ਰਹੇ ਧੰਨਵਾਦ ਕਰਾਂਗੇ ਆਪਾਂ ਤੇ ਗੁਰਤੇਜ ਸਿੰਘ ਜੀ ਸਰਪੰਚ ਸਾਹਿਬ 17.5 ਜਾਂ 18 ਇਹ ਫਾਈਨਲ ਮੈਚ ਖੇਡਿਆ ਜਾਣਾ ਭਿੰਡਰਾਂ ਵਾਲਿਓ ਤੁਹਾਡਾ ਧੰਨਵਾਦ ਆ ਇਹ ਮਾਇਆ ਦੇ ਗੱਫੇ ਲੈ ਲਓ ਬਾਈ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੇ ਭਿੰਡਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ 17.5 ਤੇ 18 ਪਹਿਲਾਂ ਮੈਨੂੰ ਆ ਕੇ ਇੱਥੇ ਦੱਸ ਰਿਹਾ ਸਰ ਸੋਨੀਓ ਨੇ ਬਾਈ ਜੇ 100 ਖਵਾਉਣੀ ਕਹਿੰਦੇ ਖਵਾ ਲਓ ਕਿਉਂਕਿ ਇਹ ਟੀਮ ਜਿੱਥੇ ਜਾਂਦੀ ਹੈ ਤੇ ਹਿੰਮਤਪੁਰਾ ਦੇ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਮੁੱਖ ਰੱਖ ਕੇ ਖੇਡਣਾ ਹੈ ਇਹ 100 ਸਾਨੂੰ ਵੀ ਖਵਾਉਣੀ ਤੇ ਖਵਾ ਸਕਦੇ ਹੋ ਫਾਈਨਲ ਮੈਚ ਆ ਬੇਨਤੀ ਹੈ ਵੀ ਮੈਚ ਸ਼ੁਰੂ ਕਰ ਦਿੱਤਾ ਜਾਵੇ ਕਿਰਪਾ ਕਰਕੇ ਹਿੰਮਤਪੁਰੇ ਦੀ ਟੀਮ ਦੇ ਸਾਰੇ ਪਲੇਅਰ ਕਿਰਪਾ ਕਰਕੇ ਹਿੰਮਤਪੁਰੇ ਦੀ ਟੀਮ ਦੇ ਪਲੇਅਰ ਜੀ ਹੈਲੋ ਜੀ ਕੁਮਾਰ ਜੀ ਹੁਣ ਕਹਿੰਦੇ 81,000 ਤੇ ਗੱਲ ਜਿਹੜੀ ਮੁੱਕਣੀ ਹੈ ਖੱਪਿਆਂ ਵਾਲੀ ਪਿੰਡ ਮੁਕਸਰ
ਕਿੰਨੀ ਤਰੀਕ ਆ ਜੀ? 31 ਤਰੀਕ। ਠੀਕ ਆ ਜੀ, 31 ਤਰੀਕ। 24 ਤਰੀਕ ਨੂੰ ਰੌਣਕਾਂ ਲੱਗਣਗੀਆਂ ਖੱਪੇਵਾਲੀ ਪਿੰਡ ਜ਼ਿਲ੍ਹਾ ਮੁਕਤਸਰ ਦੇ ਵਿੱਚ। 31 ਨੂੰ ਜਨੇਰ ਦੇ ਵਿੱਚ ਰੌਣਕਾਂ ਲੱਗਣਗੀਆਂ। ਮੇਰੀ ਬੇਨਤੀ ਹੈ ਕਿਰਪਾ ਕਰਕੇ ਨਾਚ ਸ਼ੁਰੂ ਕਰ ਦਿੱਤਾ ਜਾਵੇ। 31 ਤਰੀਕ ਜਨੇਰ ਦੀ ਧਰਤੀ ਹੈ। ਲੈ ਵੀ ਬਾਈ ਮਾਰ ਵਿਸਲ, ਔਰ ਜਿਨ੍ਹਾਂ ਦੀ ਡਿਊਟੀ ਨੀ ਉਹ ਬਾਹਰਲੇ ਪਾਸੇ ਆ ਜਾਓ, ਪਲੀਜ਼ ਬੇਨਤੀ ਹੈ। ਜਿਨ੍ਹਾਂ ਦੀ ਕੋਈ ਡਿਊਟੀ ਨਾ ਉਹ ਬਾਹਰਲੇ ਪਾਸੇ ਚੱਲੀਏ। ਠੀਕ ਆ ਜੀ, 8 ਤੇ 9 ਤਰੀਕ ਪਿੰਡ ਬੋਰਾ ਵਾਲੀ ਰੌਣਕਾਂ ਲੱਗਣੀਆਂ ਹੈ। ਉਧਰ ਸਤਨਾਮ ਸਿੰਘ ਜੀ ਸਾਡੇ ਯਾਰ ਪੁੱਜੇ ਹੈ, ਬਰਨਾਲੇ ਵਾਲੇ ਧੰਨਵਾਦ ਕਰਾਂਗੇ। ਹਰਜਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਗਹਿ ਗੜਵਾ ਧੰਨਵਾਦ ਯਾਰਾਂ ਦਾ, ਇਹਨਾਂ ਨੇ ਇੱਥੋਂ ਤੱਕ ਪਹੁੰਚਾਇਆ। ਇੱਧਰ ਜਸਵੀਰ ਸਾਡਾ ਵੀਰ ਪੱਪੂ, ਇਹਨੇ ਵੀ ਵੱਡੀਆਂ ਰੌਣਕਾਂ ਲਾਈਆਂ, ਧੰਨਵਾਦ ਕਰਾਂਗੇ। ਵੱਡੀ ਮਿਹਨਤ ਕੀਤੀ ਇਸ ਪਰਿਵਾਰ ਦਾ ਧੰਨਵਾਦ ਹੈ। ਲਓ ਮੈਚ ਕਬੱਡੀ ਦਾ ਫਾਈਨਲ ਸ਼ੁਰੂ ਹੋਣ ਜਾ ਰਿਹਾ। ਹੁਣ ਬਾਈ ਪਾਸੇ ਪਾਸੇ ਹੋ ਜਾਓ ਤੇ ਬਹਿ ਜਾਓ ਇੱਕ ਵਾਰੀ। ਹੈਲੋ, ਠੀਕ ਆ ਜੀ। ਕੱਲੇ ਖਿਡਾਰੀ ਜਿਹੜੇ ਆ, ਔਰ ਜਿਹੜਾ ਕੋਈ ਸਪੇਅਰ ਆ ਉਹ ਵੀ ਬਾਹਰਲੇ ਪਾਸੇ ਚਲਾ ਜਾਵੇ ਖਿਡਾਰੀ। ਦੋ ਦੋ ਰੈਫਰੀ ਹੋ ਜਾਓ ਤੇ ਬਾਕੀ ਰੈਫਰੀ ਦੀ ਹੋਰ ਸਾਹ ਲੈ ਲਓ। ਬੂਟਾ ਸਿੰਘ ਜੀ ਧੰਨਵਾਦ ਸਾਰੇ ਰੈਫਰੀਆਂ ਦਾ, ਸਲਿਆਣੀ ਸਾਹਿਬ ਤੁਹਾਡਾ ਵੀ ਧੰਨਵਾਦ ਹੈ। ਤੇ ਜੱਗਿਆ ਹੁਣ ਪੁੱਤ ਇੱਕ ਸਾਈਡ ਤੇ ਹੋ ਜਾਈਏ, ਆਪਾਂ ਇੱਕ ਸਾਈਡ ਤੇ ਹੋ ਜਾਈਏ ਕਿਉਂਕਿ ਆਪਾਂ ਨੂੰ ਲੱਗਦਾ ਸ਼ਕਤੀ ਵਾਟਰ ਦਾ ਪ੍ਰਯੋਗ ਹੋਇਆ, ਇਸ ਲਈ ਆਪਾਂ ਬਾਹਰਲੇ ਪਾਸੇ ਆ ਜਾਈਏ। ਖੋਸਾ ਸਾਹਿਬ ਜੀ ਤੁਹਾਡਾ ਵੀ ਧੰਨਵਾਦ ਹੈ। ਮੈਚ ਕਹਿੰਦੇ ਸ਼ੁਰੂ ਹੋਣ ਜਾ ਰਿਹਾ, ਇੱਕ ਪਾਸੇ ਵਕੀਲਾਂ ਵਾਲਾ ਤੇ ਦੂਜੇ ਪਾਸੇ ਟੀਮ ਹੈ ਖੇਡ ਮੈਦਾਨ ਦੇ ਵਿੱਚ ਹਿੰਮਤਪੁਰ। ਠੀਕ ਹੈ ਜੀ, ਉੱਧਰ ਸਾਡੇ ਸੁਖਦੇਵ ਸਿੰਘ ਜੀ ਖੋਸਾ ਸਾਹਿਬ, ਹਰਪਾਲ ਸਿੰਘ ਜੀ ਪੜੋਰੀ ਜੱਟਾਂ ਦੇ ਸਭ ਹੀ ਸਾਰਾ ਯਾਰ ਸੋਢੀ ਕਹਿੰਦਾ ਹੈ ਵੀ ਛੋਟੇ ਸੀਪੇ ਦਾ 27 ਤਰੀਕ ਗਾਜੜੀਵਾਲ ਦੇ ਕਬੱਡੀ ਕੱਪ ਤੇ ਦੇਸੀ ਘਿਓ ਦੇ ਟੀਮ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ। ਆਪਾਂ ਧੰਨਵਾਦ ਕਰਾਂਗੇ। ਲਓ 17.5 ਜਾਂ 18, 17.5 ਜਾਂ 18। ਉੱਧਰ ਆਜ਼ਾਦ ਯੂਥ ਕਲੱਬ ਸੈਦੋਗੇ, ਉਹ ਵੀ ਵੀਰ ਜਿਹੜੇ ਮੁਬਾਰਕਾਂ ਦੇ ਰਹੇ, ਦਿਲੋਂ ਦਿਲੋਂ ਧੰਨਵਾਦ ਹੈ। ਹੁਣ ਨੀ ਭਲਵਾਨਾ ਹਮੀਦੀ ਵਾਲਿਆ, ਏਦਾਂ ਨੀ, ਜੋ ਫੈਸਲਾ ਪਹਿਲਾਂ ਆਇਆ ਸੀ ਸੋਨੀ ਨੂੰ ਕਿਹਾ, ਉਹ ਕਹਿੰਦਾ ਬਾਈ ਘਟਾ ਦਿਓ ਤੇ ਘਟਾ ਦਿੱਤੀ, ਹੁਣ ਨੀ ਕਹਿੰਦੇ ਘਟਾਉਣੀਆਂ। ਉੱਧਰ ਗੱਬਰ ਜੀ ਕਿਰਪਾ ਕਰਕੇ ਜਿੰਨੀ ਕੁ ਖੋਲਦੀ ਆ ਖੋਲ ਲਓ। ਗੱਬਰ ਸਾਊਂਡ ਬੜੀ ਪਿਆਰੀ ਸਾਊਂਡ ਹੈ, 24 ਤਰੀਕ ਨੂੰ ਮੋਟਰਸਾਈਕਲ ਵੀ ਦਿੱਤੇ ਜਾਣਗੇ, ਗੱਬਰ ਸਾਊਂਡ ਦਾ ਸਨਮਾਨ ਹੋਵੇਗਾ। ਜਿੰਨੀ ਕੁ ਆਵਾਜ਼ ਖੁੱਲਦੀ ਕਿਰਪਾ ਕਰਕੇ ਖੋਲ ਦਿੱਤੀ ਜਾਵੇ। ਹਾਂਜੀ ਗੱਬਰ ਜੀ, ਖੋਲ ਦਿਓ ਆਵਾਜ਼, ਤੁਹਾਡਾ ਧੰਨਵਾਦ ਆ। ਕਿਉਂਕਿ ਗੱਬਰ ਦੀ ਸਾਊਂਡ, ਉੱਧਰ ਯਾਰ ਜਗਤਾਰ ਉਹਨਾਂ ਦੇ ਜਿੰਨੇ ਵੀਰ ਪੁੱਜੇ ਆ, ਨੀ ਢਿਉਣੇ ਬਾਈ ਜੱਗੋ ਹੋਣੀ, ਸਾਰਿਆਂ ਦਾ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰ ਦੇਵਾਂ, ਲੈ ਵੀ ਗੁਰਤੇਜ ਸਿਆ ਇੱਕ ਪਾਸੇ ਤੇਰੀ ਟੀਮ ਹੈ, ਕਿਉਂਕਿ ਤੂੰ ਮਾਣ ਕਰਦਾ ਵਕੀਲਾਂ ਵਾਲੇ ਪਿੰਡ ਦੇ ਉੱਤੇ। ਠੀਕ ਆ ਜੀ, 125 ਰੁਪਇਆ ਮੰਤਰੀ ਸਾਹਿਬ ਨੂੰ ਫੜਾ ਦਿੱਤਾ ਹੈ, ਉਹਨਾਂ ਦੇ ਚਾਚਾ ਜੀ ਕਹਿੰਦੇ ਲੱਖਾਂ ਜਲਦੀ ਠੀਕ ਹੋ ਕੇ ਗਰਾਊਂਡਾਂ ਦੇ ਵੱਲੋਂ ਆਵੇ, ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰ ਦਿਓ। ਮੰਤਰੀ ਜੀ ਤੁਹਾਡੀ ਜ਼ਿੰਮੇਵਾਰੀ ਹੈ, ਬਾਈ ਦਾ ਧੰਨਵਾਦ ਸਾਡੇ ਦਾ, ਅਸੀਂ ਧੰਨਵਾਦ ਕਰਾਂਗੇ। ਉਹਨਾਂ ਦੇ ਚਾਚਾ ਜੀ ਪੁੱਜੇ ਹੋਏ ਆ, ਕਰਮ ਸਿੰਘ ਜੀ ਮਨਸੂਰ ਵਾਲ ਕਲਾਂ ਵਾਲੇ ਬਾਈ ਸੋਨੇ ਉਹਨਾਂ ਦਾ। ਲਓ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ। ਲੈ ਵੀ ਖੋਸਿਆਂ ਵਾਲਿਆ, ਕੁੱਲ ਮਿਲਾ ਕੇ ਸਾਡੇ ਕੋਲ 3 ਲੱਖ ਰੁਪਇਆ ਬਣ ਜਾਣਾ ਹੈ, ਤੇ ਦਰਸ਼ਕਾਂ ਦੀਆਂ ਨਜ਼ਰਾਂ ਜੁੜੀਆਂ ਹੈ ਕਿ ਅੱਜ ਕਿਹੜੇ ਪਾਸੇ ਨੂੰ ਪਾਸੇ ਪਲਟਣਗੇ। ਇੱਕ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਦੂਸਰੇ ਪਾਸੇ ਜ਼ਿਲ੍ਹਾ ਮੋਗੇ ਦੀ ਟੀਮ ਹੈ। ਦੋਨਾਂ ਟੀਮਾਂ ਦੇ ਦਰਮਿਆਨ ਤਕੜਾ ਮੈਚ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ। ਕਿਰਪਾ ਕਰਕੇ ਲੱਖਾਂ ਦੇ ਜੋੜ ਰਮੀਤੀ ਵਾਲ ਰੈਫਰੀ, ਲੱਖਾਂ ਰਹਿੰਦੇ ਖਿਡਾਰੀ ਤੇ ਜੋੜ ਰਮੀਤੀ ਵਾਲ। ਰਮੀਤੀ ਪਿੰਡ ਕਹਿੰਦੇ ਨਿਰਭੈ ਸ਼ਾਹ ਦਾ ਪਿੰਡ ਹੈ, ਸਰਦਰ ਬਲ ਦਾ ਪਿੰਡ ਹੈ, ਉਹ ਵੀ ਕਹਿੰਦੇ ਧਰਤੀ ਤੇ ਪੁੱਜਾ ਆ ਜੋੜ ਸਾਡਾ ਵੀਰ। ਮੇਰੀ ਬੇਨਤੀ ਹੈ ਰਹਿੰਦੇ ਪਲੇਅਰ ਜਲਦੀ ਆ ਜਾਣ ਗਰਾਊਂਡ ਦੇ ਵਿੱਚ, ਕਿਰਪਾ ਕਰਕੇ ਜੋੜ ਰਮੀਤੀ ਵਾਲਾ ਤੇ ਨਾਲ ਲੱਖਾਂ ਕੋਠੇ ਜੱਟਾਂ ਵਾਲ ਜਲਦੀ ਆ ਜਾ, ਵੀ ਲੱਖਾਂ ਤੇਰੇ ਲੋਕ ਫੈਨ ਹੈ ਜੋੜ ਹਮੀਦੀ ਵਾਲਾ ਤੇ ਲੱਖਾਂ ਕੋਠਿਆਂ ਵਾਲਾ। ਜਲਦੀ ਤੋਂ ਜਲਦੀ ਕਬੱਡੀ ਦੇ ਮੈਦਾਨ ਦੇ ਵਿੱਚ ਆਉਣ, ਕਿਉਂਕਿ ਹੁਣ ਫੈਸਲੇ ਹੋਣਗੇ। ਨਗਦ ਰਾਸ਼ੀਆਂ 81,000 ਰੁਪਇਆ ਵੀ ਦਿੱਤਾ ਜਾਊਗਾ ਇਹਨਾਂ ਖਿਡਾਰੀਆਂ ਨੂੰ, ਵੱਡੇ ਮਾਣ ਹੋਣਗੇ। ਉਹ
मेरी बेनती है भी कृपा करके उधर सतनाम सारा वीर कहता है वरनाले वाला सुखा जिन्ने जफे लाता है उन्हें सौ सौ दे दूर दिते जानगी लैबी भाई आज ने वेटिंग बॉस दे विच ना अपने इन्हें भी बेनती है बूटा साहब थोड़े थोड़े पिछे कर देगी अपा जिन्हों की कोई ड्यूटी नहीं बारले पासे होके बैठ जाना आप प्लीज बेनती है जिन्हें नहीं ड्यूटी वो बारले पासे चले जाना जगिया बस कोई नहीं जफे लगनगे जफे लगनगे सुखे नहीं लाने हैं रुपये तो लाने हैं ते तो हम बारले पासे आ जाए शक्ति वाटर का प्रयोग अपना किया है तेरा धन्यवाद है हम बह के स्वाद ले ला है क्योंकि जे पीती का स्वाद लेना तो इदा ले ला है उधर सबने पहली कबड्डी लैबी दर्शक एक बारी तारियां मार दो दोहा टीमों के लिए फाइनल मैच कबड्डी का शुरू होया ते दो ही पासे टीम भारिया ने लो उधर सामने पहली कबड्डी के उत्ते पहला जफा ए आ सुखा वकीला वाले एक सौ रुपया पुज गया है सतनाम सिंह जी बरनाले वाले वालों इस गबरू के लिए मान सम्मान है उधर सुख की पाई हुई कबड्डी है एक सौ रुपया मनजीत सिंह जी सरां साहब का इस नौजवान जाफी के लिए है लो सुख की कबड्डी के उत्ते दर्शक तारियां भी मारन गया है ते लखिया जफा लाना पैना जफा लाना पैना है कम सिरे ते जाके मुकना है लो सामने देखांगे कबड्डी पाउण दे मुंडा तैयारी करदा होया मेरी पीर दे मालक साहब श्री गुरु हरगोबिंद साहब जी दे चरणा दी शो प्राप्त धरती दे उत्ते 17वें साल दा ए फाइनल मैच अज 19 तरीक दे नाल शुरू होया है मैं बेनती करो जगह बाहरले पासे पुत आ जा बाहरले पासे आ जा लो सामने सुख दी पाई होई कबड्डी है लवी शेर कहानी नौजवाना उधर कहंदे सुख दी पाई कबड्डी उधर कहंदे रवीदी पिंड दे जोर नार है जोर रवीदी वाला करदा ट्राई ते पॉइंट रेडर दे हिस्से जुड़दा होया खेड दे मैदान दे विच के फैसले अधूरे जित दे ना रहणगे फाइनल मैच विच मित्रों पटाके पैणगे मार दे ना डंग डडोए जा मलप वई मित्र मेरे नागर दे खड़प्पे छप वई लगे आने वाला योड़ा सत कह गया अज देखांगे कबड्डी कप कौन लै गया अज देखांगे कबड्डी कप कौन लै गया उधर देखो सामने दीप दीप पाई कबड्डी ते चार जाफी मेरे मित्र चौदे विचों पौड़ करवाऊ बल्ले बल्ले इधर कमल उड़ी मार करदे आ ये मुंडा कहिंदे दीप दीप पाई कबड्डी लो सुखा करदा ट्राई देखो लगदा जो बहुत तगड़ा नंबर लभी जगह ग्राउंड च नहीं जाना यार प्लीज बेनती है मुड़ के तैनू प्रबंध कहणगे हां प्यार दे नाल आ प्यार दे नाल बह जा सरपंच कोले भावें आ के गोडियां च बह जा पर हुण अंदर नहीं जाना क्योंकि खिडारी दे कदे भी कोई एक रब वर्गा ग्राउंड हुंदा तैनू पता ना ठीक है जी बह जा हुण इत्थे सरपंच कहिंदा 500 रुपये नाल ही मैं फड़ी जाणी है ते गल फेर बणनी है उधर देखो सामने या जलाल वाला टिले तो सूरत दिखाउण वाला लो सामने देखो गगू ने पहला भी कबड्डियां पाईया कबड्डियां हुण भी पा रहा है 500 दा नोट कोई नहीं पिछों कढाउणे है जदों सुख दी कबड्डी पाउणे है ते उधर देखो सामने एक पासे सुखा पर आ देखो महेंद्र सिंह जी बोपारा दा पुत है ते एक पासे अमरा आ देखो ट्रैक्टरां दा जेतू खिलाड़ी है पर गल नहीं बणी नंबर ਧਾਵੀ ਦੇ ਹਿੱਸੇ ਦੇ ਵਿੱਚ ਹੈ ਲੈ ਵੀ ਖੋਸਿਆਂ ਵਾਲਿਆ ਸ਼ੇਰ ਕਹਾਣੀ ਆ ਮੁੰਡੇ ਦੀ ਇਧਰ ਕਹਿੰਦੇ ਸਾਹਮਣੇ ਸੁਖ ਕਬੱਡੀ ਪਾ ਰਿਹਾ ਖੇਡਦੇ ਮੈਦਾਨ ਦੇ ਵਿੱਚ ਇਹਦਾ ਵੀ ਮਾਨ ਸਨਮਾਨ ਕੀਤਾ ਜਾਣਾ ਹੈ ਸਿਰੇ ਦਾ ਲਓ ਸੁਖ ਦੀ ਪਾਈ ਕਬੱਡੀ ਤੇ ਚਾਰ ਜਾਫੀ ਆ ਉਧਰ ਕਹਿੰਦੇ ਵੀ ਨੌਜਵਾਨ ਇੱਕ ਪਾਸੇ ਲੱਖਾਂ ਕੋਠੇ ਜੱਟਾਂ ਵਾਲਾ ਨਾਲ ਕਹਿੰਦੇ ਜੌੜ ਰਮੀਦੀ ਵਾਲਾ ਹੈ ਪ੍ਰਗਟ ਵਰਗੇ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰਦੇ ਆ ਲਓ ਕੋਠੇ ਜੱਟਾਂ ਪਿੰਡ ਹੈ ਇਹਦਾ ਵੀ ਕਹਿੰਦੇ ਯੂਐਸਏ ਦੀ ਐਮਬੈਸੀ ਨੇ 10 ਸਾਲ ਦਾ ਵੀਜ਼ਾ ਲਵਾਇਆ ਹੈ ਇਹਦੇ ਜਦੋਂ ਮਰਜ਼ੀ ਅਮਰੀਕਾ ਜਾਵੇ ਤੇ ਜਦੋਂ ਮਰਜ਼ੀ ਆਵੇ ਆਹ ਗੱਭਰੂ ਦਾ ਹਮੀਦੀ ਪਿੰਡ ਹੈ ਕਿਤੇ ਗੱਲ ਮਲੇਰ ਕੋਟਲੇ ਦੀ ਚੱਲਦੀ ਆ ਮੁੰਡਾ ਕਹਿੰਦੇ ਦੂਰੋਂ ਆਇਆ ਲੰਬਾ ਪੈਂਡਾ ਪੈ ਕਰਕੇ ਇਸ ਹਨੇਰ ਪਿੰਡ ਦੇ ਵਿੱਚ ਪੁੱਜਾ ਪੁੱਜਾ ਕਾਲਾ ਹਮੀਦੀ ਵਾਲਾ ਕਬੱਡੀ ਪਾ ਰਿਹਾ ਹੈ ਜ਼ੋਰਦਾਰ ਹਮੀਦੀ ਪਿੰਡ ਹੈ ਤੇ ਕਾਲੇ ਦਾ ਹਮੀਦੀ ਪਿੰਡ ਹੈ ਜੱਗੇ ਵੱਲੋਂ ਪਿਆਰ ਦਿੱਤਾ ਜਾਊ ਲਓ ਸਾਹਮਣੇ ਵੇਖੋ ਪੂਰੀ ਬੱਲੇ 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 ਇਹ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਇਹ ਕੌਕਿਆਂ ਵਾਲਾ ਕਹਿੰਦੇ ਅਮਰ ਕਰਦਾ ਟਾਈ ਤੇ ਪੁਆਇੰਟ ਕਾਲਾ ਜੋੜਦਾ ਆਪਣੀ ਟੀਮ ਦੇ ਲਈ ਉਧਰ ਕਮਲ ਉਹਦੀ ਮਾਰ ਕਰਦੇ ਆ ਮੁੰਡੇ ਤੇ ਇਹ ਸਾਹਮਣੇ ਕੌਣ ਇਹ ਗਗਨਾ ਜਲਾਲ ਵਾਲਾ ਕਬੱਡੀ ਪਾ ਰਿਹਾ ਕਲੀਆਂ ਦੇ ਬਾਦਸ਼ਾਹ ਦੇ ਪਿੰਡ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਜੇ ਲੈਣਾ ਕਣਕ ਤੋਂ ਆਟਾ ਚੱਕੀ ਗੇੜ ਨਹੀਂ ਪੈਣੀ ਆ ਜੇ ਪੀੜਾ ਖੂਹ ਤੋਂ ਪਾਣੀ ਟਿੰਡ ਫੇਰ ਨਹੀਂ ਪੈਣੀ
है दुद्ध पर पड़के तत्ते लाल हो जाते लैन वास्ते मलाइया थारना पैंदा है और जिन भी दुद्ध करना हो ते मन नु मारना पैंदा है सरपंच साहब जी जे जिंदगी विच कुछ करना होवे ते मन नु मारना पैंदा है उन्हें ने गल सच्ची कही ते आ देखो सामने कबड्डी दा चढ़दा सूरज कबड्डी पाउण दे लई वाधा होया हिम्मत हिम्मतपुरे दा लो सामने दीप सिंह कबड्डी पा रहा है आपां देखांगे कि चक्की दे उपर वर्गी छाती ओए जिगरे काडर ने जूझ जूझ के हंडिया नु टच कर दे बॉर्डर ने टच कर दे बॉर्डर ने ओ सामने दीप ने कबड्डी है और पूरी ने बल्ले 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 और ज्यादा दो पै जाओ ते जा पासे ते कुंडे लवा लो लो सामने देखो दीप ने सिरा कर दिता चल भी कबड़ुआ पा भी कबड्डी इहदे कहिंदे बाप ने भी कबड्डी खेडी आ ते खेडी भी पूरी सिरे दी है सामने चार जाफी आ दो मालवे वाले आ ते दो कुंडे दुआबे चो छड्डे होए आ भी कहिंदे सवेरा दा टप जित के ले जाणा प्रगट ने कीती ट्राई लो सामने प्रगट करदा ट्राई ते सुखर दा से वाला इक वधिया पॉइंट जोड़दा जगे बलवान होण गए मुंडे दे उपर वड्डे मान सरवार इह कहिंदे बुग्गू आ सरपंच साहब इंग्लैंड दे खेड सीजन दा भी मुंडा बेस्ट आ अज तो चार साल जे पहला गल करिए इंग्लैंड दे पूरे खेड सीजन दा बेस्ट है गुग्गू कबड्डी पा रहा उधर कहिंदे ट्रैक्टरां दा जेतू आपणा कौकिया वाला करदा ट्राई गुरचरण करखा गल मुंडे दी लो उधर सामने पिंडा सरा वीर सरा साहब ते बलवीर सिंह जी मैंबर साहब पिछे पूरे खुश है कहिंदे वड्डे मान सरवारा पंजाबी मां बोला ते खुश हो गए जग्गिया मुंडे नूं आउण दे जफा लवावांगे ते 500 दा नोट दिसो जरूर कढ़ावांगे उधर सामने देखो जलाल दा गगन दुनिया दा ए भी स्टार है कद भावें छोटा है पर आ देखो सामने लखिया लखिया मुंडा हत्थां चो निकल गया ओए लखिया मुंडा हत्थां चो निकल गया लो सामने देखो अगली कबड्डी हमीदी वाला पाउण दे लई वधिया होया कोई गल नहीं की पार्टियां साडे कोल है नाल ही कैप्टन भी हैगा है लो सामने कबड्डी नौजवान हमीदी दा काला पाउंदा है अगे चार जाफियां दे विचों केड़ा इस गब्बरू नूं ढाउंदा है हुण वकीलां वाले दा देखांगे भी कौन बद के ट्राई करूगा कौकिया वालिया कहिंदे ट्रैक्टर तों भी जित्तिया पर आ देखो सामने बिल्ला गल वधा नहीं मनदा इह आ गल वाला फैसले करता है उधर फौजी भैनी पाइए मनी धोड़ पटियाले वाला पुजया गीता कोरपुर का बीरी बंबा और बिजली बोर्ड का सलियाणी वाला पुजया रणजीत आप विशेष धन्यवाद करांगे ऑफिशियल वीर का उधर सामने सुख की कबड्डी है इहदे फादर साहब का सरपंच साहब कहते विशेष सन्मान किया जाना है आओ सामने देखांगे बरनाले दे कबड्डी कैंप के उत्ते लो गब्बरू दी भाई कबड्डी है कबड्डी है कबड्डी है कबड्डी है पर नहीं ए मुंडे नूं फरना गल मुश्किल है कि बिच गहरे झल्लां वे कदे शेर नहीं रहिंदे बुझे गौड ठल्ले ठल्ले तफाना नूं सागर विच नहीं पैंदे कुझे गौड ठल्ले तफाना नूं सागर विच नहीं पैंदे कुझे लै वी आवणिया दीप फेर आ गया सरपंच साहब देखो मुंडा झूम झूम के तुरदा जिवें रावी वगदी होवे लो सामने उधर 25 तरीक आ ते कहिंदे कोट कोड़िए गीते नूं वाशिक मशीन दित्ती जाणी आ बरनाले दे कप्पे सांभो मुंडे नूं सांभो वाहिगुरू सच्चे पातशाह मेहर करे वाह लगे परमात्मा मेहर करे छेवें पातशाह की धरती है कोई ऐसी गल नहीं दीप हौसला रख माड़ा जा महापुरशा की धरती एक बड़ी खड़ा हो सके कोई गल नहीं सचे पातशाह की मेहर है छेवें पातशाह की मेहर है दीप जरूर उठेगा दीप हौसला कर मेरी बेनती है ओ सच्चे पातशाह दे चरणां दे विच भी परमात्मा मेहर रखे ये दुआ है ये अरदास है सच्चे पातशाह दे चरणां दे विच भी परमात्मा मेहर करे किसी नूं तत्ती वाह ना लगे देख भी कोट कोट मुंडा ठीक है बाबे की मेहर है मेरी पीरी दे मालक दे क्योंकि मुंडा सिख सरदार है गुरु दे भाणे दे विच रहण वाला है बहुत ही वधिया जिहड़ा मैच पर सच्चे पातशाह दी मेहर फाइनल मैच कबड्डी का दोनों टीमों के दरमियान उत्थे दर्शक वीरां दा
ਲੈ ਮੁੰਡਾ ਠੀਕ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ ਪਿਆਰ ਦੇ ਨਾਲ ਕਿਉਂਕਿ ਭਾਰੀ ਸਰੀਰ ਹੈ ਮੁੰਡੇ ਦਾ ਪਰ ਗੁਰੂ ਸਾਹਿਬ ਦੀ ਦੇਖੋ ਕਿੰਨੀ ਕਿਰਪਾ ਹੈ ਚੱਲ ਵੀ ਨੌਜਵਾਨਾ ਲਾਖਾ ਸੈੱਟ ਤੇ ਕਰੀਏ ਮੈਚ ਸ਼ੁਰੂ ਉਧਰ ਫਾਸਟ ਵੇ ਚੈਨਲ ਦੇ ਉੱਤੇ ਜਿੰਨੇ ਯਾਰ ਜੁੜੇ ਹੋਏ ਜਿੰਨੀਆਂ ਸ਼ਖਸੀਅਤਾਂ ਜੁੜੀਆਂ ਹੋਈਆਂ ਜਿੰਨੇ ਪਰਿਵਾਰ ਜੁੜੇ ਸਾਰਿਆਂ ਦਾ ਧੰਨਵਾਦ ਹੈ ਤੇ ਨਾਲ ਕਬੱਡੀ 365 ਦੇ ਉੱਤੇ ਜੁੜੀਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਹੈ ਲਓ ਉਧਰ ਸਾਹਮਣੇ ਨੌਜਵਾਨ ਜਲਾਲ ਵਾਲੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਉਧਰ ਲੱਖਾ ਨਹੀਂ ਰੀਸਾ ਉਹ ਦੇਖੋ ਜਲਾਲ ਵਾਲਾ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਆਪ ਵੀ ਨੌਜਵਾਨਾਂ ਗਗਨ ਪਾ ਕਬੱਡੇ ਲਓ ਸਾਹਮਣੇ ਗੱਗੂ ਦੀ ਕਬੱਡੀ ਹੈ ਚਾਰ ਜਾਫੀ ਹੈ ਇੱਕ ਪਾਸੇ ਸੁੱਖਾ ਹੈ ਇੱਕ ਪਾਸੇ ਅਮਨ ਹੈ ਨਾਲ ਪੰਟੀ ਹੈ ਨਾਲ ਮਹਿੰਦਰ ਸਿੰਘ ਪੋਪਾ ਦਾ ਪੁੱਤ ਹੈ ਚਾਰੇ ਜਾਫੀ ਕਾਇਮ ਆ ਉਹ ਦੇਖੋ ਸਾਹਮਣੇ ਵੱਡੀ ਦਾ ਮੈਦਾਨ ਹੈ ਮੁੰਡੇ ਦੀ ਪ੍ਰੈਸ ਬਹੁਤ ਤਕੜੀ ਹੈ ਇਹ ਮੁੰਡਾ ਕਹਿੰਦੇ ਇੰਗਲੈਂਡ ਦੇ ਸੀਜ਼ਨ ਦਾ ਪੂਰਾ ਤਕੜਾ ਇਹ ਵੀ ਖਿਡਾਰੀ ਹੈ ਲੈ ਵੀ ਨੌਜਵਾਨ ਅਮਰੀਕ ਆਹ ਮੁੰਡੇ ਦੀ ਸ਼ੇਰ ਕਹਾਣੀ ਮੈਦਾਨ ਦੇ ਵਿੱਚ ਇੱਧਰ ਕਹਿੰਦੇ ਸਾਹਮਣੇ ਦੇਖੋ ਨੌਜਵਾਨ ਸੁੱਖ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਉੱਧਰ ਲੱਖੇ ਵਰਗੇ ਰਮੀਦੀ ਦੇ ਜੋੜ ਵਰਗੇ ਮਾਰਦੇ ਪੱਟਾਂ ਦੇ ਥਾਪੀਆਂ ਨਾਲ ਕਹਿੰਦੇ ਪ੍ਰਗਟ ਦਾ ਵੀ ਵੱਡਾ ਨਾਮ ਹੈ ਕਬੱਡੀ ਦੀ ਦੁਨੀਆਂ ਦੇ ਵਿੱਚ ਹੁਣ ਬੁਲਟ ਕਿੱਧਰ ਨੂੰ ਜਾਣਗੇ ਕਿਹੜੇ ਪਿੰਡ ਦੀਆਂ ਗਲੀਆਂ ਦੇ ਖੜਵਾਜ ਪੈਣਾ ਇਹ ਤੇ ਛੇਵੇਂ ਪਾਤਸ਼ਾਹ ਜੀ ਨੂੰ ਪਤਾ ਹੈ ਵੀ ਕੌਣ ਜਿੱਤ ਕੇ ਜਾਵੇਗਾ ਧਰਤੀ ਤੋਂ ਜੱਗੇ ਹੋਣੀ ਕਹਿੰਦੇ ਮਾਣ ਹੋਣਗੇ ਪਰ ਇੱਧਰ ਦੇਖੋ ਸਾਹਮਣੇ ਸੁੱਖ ਵਧੀਆ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ ਉੱਧਰ ਕਮਲ ਵੀ ਜੁੜਿਆ ਹੋਇਆ ਸਾਡਾ ਵੀਰ ਕਹਿੰਦੇ ਵੀ ਨਾਲ ਬਿੱਲੇ ਦੇ ਬਾਪ ਦਾ ਤੇ ਨਾਲ ਕਹਿੰਦੇ ਸੋਨੀ ਦੇ ਬਾਪ ਦਾ ਤੇ ਸੁੱਖ ਦੇ ਬਾਪ ਦਾ ਕਹਿੰਦੇ ਕਾਪਾ ਦੇ ਨਾਲ ਸਨਮਾਨ ਹੋਵੇਗਾ ਸੱਚੇ ਪਾਤਸ਼ਾਹ ਹੋਰ ਲੰਬੀਆਂ ਉਮਰਾਂ ਦੇਵੇ ਇੱਧਰ ਕਹਿੰਦੇ ਬਲਵੰਤ ਸਿੰਘ ਗੁੱਗੂ ਕਬੱਡੀ ਪਾ ਰਿਹਾ ਸਰਪੰਚ ਸਾਹਿਬ ਮੁੰਡੇ ਦੇ ਕੌਡੀ ਦੂਜੀ ਮੋੜ ਦੀ ਆ ਕਿਉਂਕਿ ਨਿਗਾਹ ਮੋਟਰਸਾਈਕਲ ਦੇ ਉੱਪਰ ਆ ਵੀ ਸੁਨੇਹਰਾ ਤੋਂ ਮੋਟਰਸਾਈਕਲ ਚੱਲੂ ਤੇ ਹਿੰਮਤਪੁਰਾ ਜਿੱਥੇ ਜਾ ਕੇ ਮੋਗਾ ਖਤਮ ਹੋ ਜਾਂਦਾ ਉੱਥੇ ਜਾ ਕੇ ਖੜੂ ਉਹ ਮੋਟਰਸਾਈਕਲ ਜਾਂ 81,000 ਰੁਪਈਆ ਦਿੱਤਾ ਜਾਣਾ ਗਗਨ ਪਾ ਵੀ ਕਬੱਡੀ ਨੌਜਵਾਨ ਗਗਨ ਜਲਾਲ ਵਾਲਾ ਕਬੱਡੀ ਪਾ ਰਿਹਾ ਲੈ ਗੁਰਚਰਨ ਤੋਖਾ ਗੱਲ ਮੁੰਡੇ ਦੀ ਲਓ ਦੇਖੋ ਸਾਹਮਣੇ 9:03 ਮਿੰਟ ਦਾ ਸਮਾਂ ਹੋ ਚੁੱਕਿਆ ਹੈ ਫਾਈਨਲ ਮੈਚ ਦਾ ਅੱਧਾ ਸਮਾਂ ਜਿਹੜਾ ਬੀਤਣ ਜਾ ਰਿਹਾ ਹੈ ਲਓ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਬੁਲਟ ਮੋਟਰਸਾਈਕਲਾਂ ਦੀ ਗੱਲ ਹੈ ਨਗਦ ਰਾਸ਼ੀਆਂ ਦਿੱਤੀਆਂ ਜਾ ਰਹੀਆਂ ਹੈ ਪਰ ਉਧਰ ਧੂੜ ਪਿੜਦਾ ਮਨੀ ਲਓ ਸਾਹਮਣੇ ਫੈਸਲਾ ਕਰਦਾ ਹੋਇਆ ਯਾਰ ਬੂਟੇ ਨੇ ਦੱਸ ਦੇਣਾ ਹੈ ਕਿਹੜੇ ਮੁੰਡੇ ਨੇ ਕਿੰਨੀਆਂ ਕਬੱਡੀਆਂ ਪਾਈਆਂ ਔਰ ਕਿਹੜੇ ਨੇ ਕਿੰਨੇ ਜੱਫੇ ਲਾਏ ਹੈ ਗੁਰਪ੍ਰੀਤ ਨੇ ਅਪਡੇਟ ਕਰ ਦੇਣੇ ਹੈ ਨਾਲ ਸਾਡਾ ਵੀਰ ਸ਼ੀਰੇ ਹੋਣੀ ਸਾਰਿਆਂ ਦਾ ਧੰਨਵਾਦ ਹੈ ਲਓ ਸਾਹਮਣੇ ਹਮੀਦੀ ਦਾ ਗੱਭਰੂ ਫੇਰ ਕਬੱਡੀ ਪਾ ਰਿਹਾ ਹੈ ਆਪਾਂ ਦੇਖਾਂਗੇ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖਾਂਦੇ ਡੌਲਿਆਂ ਨੂੰ ਹੁਣ ਹੱਥ ਨਹੀਂ ਪੈਂਦੇ ਮੁੰਡੇ ਵਿੱਚ ਪੂਰੀ ਹੈ ਜਿੰਦਜਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਇਹ ਕਿੱਥੋਂ ਦਾ ਭਲਵਾਨ ਉਧਰ ਕਹਿੰਦੇ ਵੀ ਕਮਲ ਹੋਣੀ ਯੂਐਸਏ ਤੋਂ ਜਲੰਧਰ ਸਿੱਧੂ ਦਾ ਵੀ ਪਿਆਰ ਹੈ ਨਗਰ ਦੇ ਨਾਲ ਮੇਜਰ ਭਲੂਰ ਹੋਣੀ ਮਾਨੂੰ ਕਹਿੰਦੇ ਗੁਰਲਾਲ ਹੋਣੀ ਮਿੰਟੂ ਸਰਪੰਚ ਹੋਣੀ ਮੁਬਾਰਕਾਂ ਦੇ ਰਹੇ ਆ ਲਓ ਸਾਹਮਣੇ ਗਗਨ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਪ੍ਰਗਟ ਵੜ ਗਏ ਨਾਲ ਕਹਿੰਦੇ ਰਮੀਦੀ ਪਿੰਡ ਦਾ ਜੋੜ ਹੈ ਕੋਠੇ ਜੱਟਾਂ ਪਿੰਡ ਕਹਿੰਦੇ ਲੱਖੇ ਦਾ ਪਿੰਡ ਹੈ ਉਹ ਸਾਹਮਣੇ ਦੇਖੋ ਆ ਸਰਪੰਚ ਸਾਹਿਬ ਨਿਰਭੈ ਸ਼ਾਹ ਦੇ ਪਿੰਡ ਦਾ ਹੈ ਜਿਹੜੇ ਪਿੰਡ ਦੇ ਸਰਦਾਰ ਬਾਲ ਨੇ ਬੱਲੇ ਬੱਲੇ ਕਰਵਾਈ ਹੈ ਜਿਹਦੇ ਘਰੇ ਕਹਿੰਦੇ ਪ੍ਰਤਾਪ ਸਿੰਘ ਕੈਰੋ ਆਪ ਆ ਕੇ ਮੱਝ ਬੰਨ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਆ ਕਹਿੰਦੇ ਗੁੱਗੂ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਗੁੱਗੂ ਦੀ ਪਾਈ ਕਬੱਡੀ ਤੇ ਚਾਰ ਜਾਫੀ ਆ ਲਓ ਸਾਹਮਣੇ ਪੈਂਦੀ ਕਬੱਡੀ ਉਧਰ ਮਾਨ ਸਨਮਾਨ ਵੀ ਦਿੱਤੇ ਜਾਣਗੇ ਇੱਧਰ ਦੇਖੋ ਸਾਹਮਣੇ ਬਿੱਲਾ ਬਾਲਬ ਵਾਲਾ ਕਹਿੰਦਾ ਵੀ ਆਹ ਪੁਆਇੰਟ ਰੇਡਰ ਦੇ ਹਿੱਸੇ ਆ ਬਾਲਬ ਵੀ ਕਹਿੰਦੇ ਵੱਡੇ ਵੱਡੇ ਕੱਪਾਂ ਦੇ ਬਾਲਬ ਵਾਲਾ ਫੈਸਲੇ ਕਰਦਾ ਜਿਵੇਂ ਟਰੈਕਟਰਾਂ ਦੇ ਫੈਸਲੇ ਉਧਰ ਮੱਝਾਂ ਵਾਲੇ ਦੇ ਮੁੰਡੇ ਕਹਿੰਦੇ ਵੀ ਟਰੱਕ ਦਿੱਤੇ ਜਾਣਗੇ ਜਿਵੇਂ ਅੱਜ ਸੁਨੇਹਰਾ ਵਾਲੇ ਨੇ ਬੁਲਟ ਦੇ ਕੇ ਇਤਿਹਾਸ ਰੱਖ ਦਿੱਤਾ ਹੋਰ ਕਹਿੰਦੇ ਕਬੱਡੀ ਦੇ ਵਿੱਚ ਟਰੱਕ ਦਿੱਤੇ ਜਾਣਗੇ ਉਹ ਦਿਨ ਦੂਰ ਨਹੀਂ ਆ ਲਓ ਸਾਹਮਣੇ ਪਾਉਣ ਤੇ ਸੁੱਖ ਕਬੱਡੀ ਪਾ ਰਿਹਾ ਤੇ ਮੈਚ ਤੇ ਗੁਰਚਰਨ ਸੁਨੇਹਰ ਗੱਲ ਕਰੂ ਖਿਡਾਰੀ ਦੀ ਲਓ ਦੇਖੋ ਸਾਹਮਣੇ ਸੁੱਖ ਦੀ ਪਾਈ ਹੋਈ ਕਬੱਡੀ ਹੈ ਅੱਗੇ ਚਾਰ ਜਾਫੀ ਦੇਖੋ ਸਾਹਮਣੇ ਲੈ ਵੀ ਬਾਬਾ ਥੋੜੀ ਜਿਹੀ ਬਾਜ ਸੈੱਟ ਕਰਦੇ ਉੱਥੇ ਲੈ ਚੱਲ ਲਓ ਸਾਹਮਣੇ ਪਾਈ ਹੋਈ ਕਬੱਡੀ ਹੈ ਤੇ ਦੂਸਰੇ ਪਾਸੇ ਚਾਰੇ ਜਾਫੀ ਹੈ ਪਰ ਮੁੰਡੇ ਨੇ ਹਲਕਾ ਜਿਹਾ ਟੱਚ ਕਰ ਦਿੱਤਾ ਗੱਬਰ ਜੀ ਲਓ ਉਧਰ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਗੱਗੂ ਅੱਜ ਸਿਰੇ ਦੀਆਂ ਕਬੱਡੀਆਂ ਪਾ ਕੇ ਮੇਲਾ ਲੁੱਟਣ ਵਾਲੀ ਗੱਲ ਕਰ ਰਿਹਾ ਹੈ ਲਓ ਸਾਹਮਣੇ ਰਾਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਚਾਰੇ ਜਾਫੀ ਕਾਇਮ ਹੈ ਮੁੰਡਾ ਸਿਰੇ ਦੀ ਕਬੱਡੀ ਪਾ ਰਿਹਾ ਹੈ ਦਰਸ਼ਕ ਕੱਲਾ ਕੱਲਾ ਕਬੱਡੀ ਦਾ ਸਵਾਦ ਲੈ ਰਿਹਾ ਹੈ ਕੱਠ ਅਜੇ ਪੂਰਾ ਹੈ ਲੈ ਵੀ ਖੁਸ਼
ਗੁੱਸਿਆ ਵਾਲਾ ਦੇਖ ਰਿਹਾ ਦਰਸ਼ਕ ਜੁੜੇ ਬੈਠੇ ਹੈ ਦਰਸ਼ਕ ਜੁੜੇ ਬੈਠੇ ਹੈ ਕਿ ਸਿਰਾ ਦੇਖ ਕੇ ਜਾਣਾ ਹੈ ਇੱਕ 100 ਰੁਪਇਆ ਸਾਡੇ ਆਸਟ੍ਰੇਲੀਆ ਵਾਲੇ ਭਾਈ ਮਨਜੀਤ ਸਿੰਘ ਦੇ ਪੁੱਤਰ ਵੱਲੋਂ ਇਸ ਨੌਜਵਾਨ ਭਾਵੀ ਦੇ ਲਈ ਮਾਨ ਸਨਮਾਨ ਹੈ ਗੁੱਗੂ ਦੇ ਲਈ 100 ਰੁਪਏ ਦਾ ਮਾਨ ਸਨਮਾਨ ਹੈ ਜਲਾਲ ਵਾਲਾ ਕਬੱਡੀ ਪਾ ਰਿਹਾ ਹੈ ਯਾਰ ਅਮਰੀ ਕਰੂ ਗੱਲ ਮੁੰਡੇ ਦੀ ਇੱਧਰ ਗਗਨ ਦੀ ਭਾਈ ਕਬੱਡੀ ਉੱਧਰ ਸਰਦਾਰ ਰੈਫ ਸਿੰਘ ਜੀ ਸੇਖੋ ਸਾਹਿਬ ਉਹਨਾਂ ਦਾ ਵੀ ਕਹਿੰਦੇ ਵੱਡਾ ਧੰਨਵਾਦ ਆ ਉੱਧਰ ਗਗਨ ਦੀ ਭਾਈ ਕਬੱਡੀ ਦੇਖੋ ਸਾਹਮਣੇ ਮੁੰਡਾ ਕਹਿੰਦੇ ਹਿੰਮਤਪੁਰੇ ਵਾਲਾ ਕਰਦਾ ਟਰਾਈ ਤੇ ਪੁਆਇੰਟ ਇਸ ਵੇਲੇ ਜੁੜਦਾ ਹੋਇਆ ਰੇਡਰ ਦੇ ਹਿੱਸੇ ਉੱਧਰ ਸਾਡੇ ਜਗਮੀਤ ਸਿੰਘ ਜੀ USA ਵਾਲੇ ਨੈਬ ਸਿੰਘ ਜੀ ਸੇਖੋ ਸਾਹਿਬ ਦੇ ਪੁੱਤਰ ਸਿੱਧੀਆਂ ਤਾਰਾਂ ਜੋੜੀ ਬੈਠੇ ਹੈ ਉਹਨਾਂ ਵੱਲੋਂ ਵੀ 200 ਰੁਪਇਆ ਗੁੱਗੂ ਦੇ ਲਈ ਮਾਇਆ ਪੁੱਜੀ ਹੈ ਆਪਾਂ ਧੰਨਵਾਦ ਕਰਾਂਗੇ ਉਹਨਾਂ ਸਾਰੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਲਓ ਸਾਹਮਣੇ ਗੱਗੂ ਦੀ ਪਾਈ ਹੋਈ ਕਬੱਡੀ ਹੈ ਆਪਾਂ ਦੇਖਾਂਗੇ ਅੱਜ ਫੈਸਲੇ ਹੋਣਗੇ 3.5 ਲੱਖ ਰੁਪਇਆ ਦਿੱਤਾ ਜਾਣਾ ਹੈ ਇਹ ਆ ਫਾਈਨਲ ਮੈਚ ਕਬੱਡੀ ਦਾ ਲੈ ਵੀ ਦਰਸ਼ਕ ਵੀਰੋ ਇੱਕ ਵਾਰੀ ਖੁੱਲ ਕੇ ਤਾੜਾ ਤੇ ਨਾਲ ਲਲਕਾਰਾ ਮਾਰ ਦੋ ਜੇ ਮੈਚ ਦਾ ਸਵਾਦ ਆਉਂਦਾ ਤਾਂ ਦਰਸ਼ਕਾਂ ਦਾ ਧੰਨਵਾਦ ਹੈ ਸਵਾਦ ਕਹਿੰਦੇ ਇਕੱਲੀ ਇਕੱਲੀ ਕਬੱਡੀ ਤੇ ਹੈ ਉੱਧਰ ਬਾਈ ਜਾਸੋਲੀ ਕੁਲਵਿੰਦਰ ਰੋਲੀ ਉਹ ਵੀ ਸਰਪੰਚ ਸਾਹਿਬ ਨੂੰ ਮੁਬਾਰਕਾਂ ਦੇ ਰਹੇ ਹੈ ਵੀ ਮੈਚ ਪੂਰੇ ਸਿਰੇ ਦੇ ਆ ਤੇ ਧੰਨਵਾਦ ਹੈ ਉੱਧਰ ਗਗਨ ਦੀ ਪਾਈ ਹੋਈ ਕਬੱਡੀ ਹੈ ਗਗਨ ਕਹਿੰਦੇ ਕਬੱਡੀ ਪਾ ਰਿਹਾ ਪੋਲੇ ਪੋਲੇ ਕਦਮ ਟਿਕੇ ਆ ਉੱਧਰ ਦੇਖੋ ਸਾਰਾ ਟੱਬਰ ਕਿ ਸ਼ਿੰਦੋ ਵੀ ਪੈ ਗਈ ਮਿੰਦੋ ਵੀ ਪੈ ਗਈ ਤੇ ਪੈ ਗਿਆ ਟੱਬਰ ਸਾਰਾ ਕਿ ਸ਼ਿੰਦੋ ਵੀ ਪੈ ਗਈ ਮਿੰਦੋ ਵੀ ਪੈ ਗਈ ਚੱਲ ਵੀ ਪਾਈ ਮੈਂ ਪਾ ਵੀ ਕਬੱਡੀ ਇੱਧਰ ਗੁੱਗੂ ਕਬੱਡੀ ਪਾ ਰਿਹਾ ਉੱਧਰ ਕਹਿੰਦੇ ਸ਼ਤਰੂ ਨੀ ਵੀਰ ਸਾਡੇ ਇੰਦਰਜੀਤ ਹੋਣੀ ਪਿੰਡ ਦੇ ਪ੍ਰਧਾਨ ਹੋਣੀ ਸਰਪੰਚ ਸਾਹਿਬ ਨੂੰ ਮੁਬਾਰਕਾਂ ਦੇ ਰਹੇ ਆ ਕਮਲ ਦਾਦ ਹੋਣੀ ਮੁਬਾਰਕਾਂ ਦੇ ਰਹੇ ਆ ਸਿਰਫ ਤਰੀਕੇ ਹੋਣੀ ਸੋਨੇ ਲਾਉਟੋ ਹੋਣੀ ਸਰਪੰਚ ਸਾਹਿਬ ਨੂੰ ਮੁਬਾਰਕਾਂ ਦੇ ਰਹੇ ਆ ਵੀ ਟੀਮਾਂ ਸਿਰੇ ਦੀਆਂ ਸੱਦੀਆਂ ਗੁੱਗੂ ਦੀ ਪਾਈ ਕਬੱਡੀ ਤੇ ਸਾਹਮਣੇ ਕਹਿੰਦੇ ਮਾਨ ਸਨਮਾਨ ਵੀ ਹੋਣਗੇ ਇਹ ਕੌਣ ਆ ਇਹ ਸੁੱਖਾ ਕਹਿੰਦੇ ਵਾਹ ਥੋੜਾ ਪਿਆਰ ਨਾਲ ਸਾਂਭੋ ਮੁੰਡੇ ਨੂੰ 100 ਰੁਪਇਆ ਸਤਨਾਮ ਸਿੰਘ ਜੀ ਬਰਨਾਲੇ ਵਾਲੇ ਸੁੱਖੇ ਦੇ ਜੱਫੇ ਤੋਂ ਖੁਸ਼ ਹੋ ਕੇ ਭੇਜਦੇ ਆ ਪਾਇਆ ਲਿਆ ਭਰਾਵਾ ਮਨਦੀਪ ਲਿਆ ਫੜ ਕੇ ਨੂੰ ਯਾਰ ਬਾਰ ਐਵੇਂ ਹੁਣ ਇੱਕ ਦੋ ਕਬੱਡੀਆਂ ਬਾਕੀ ਆ ਲਓ ਮੈਚ ਸਮਾਪਤ ਆ ਦਰਸ਼ਕ ਵੀਰ ਇੱਕ ਵਾਰੀ ਖੁੱਲ ਕੇ ਤਾੜਾ ਮਾਰਦੇ ਦੋਵਾਂ ਟੀਮਾਂ ਦੇ ਲਈ ਦੋਨੇ ਟੀਮਾਂ ਦੇ ਲਈ ਤਾੜਾ ਉੱਧਰ ਭੁਪਿੰਦਰ ਸਿੰਘ ਜੀ ਵੱਡਾ ਉਹ ਵੀ ਪਿਆਰ ਦੇ ਰਹੇ ਹੈ ਮੁਬਾਰਕਾਂ ਦੇ ਰਹੇ ਸਰਪੰਚ ਸਾਹਿਬ ਜੀ ਨੂੰ ਭੁਪਿੰਦਰ ਸਿੰਘ ਜੀ ਰਾਓ ਕੇ ਉਹਨਾਂ ਦਾ ਵੀ ਧੰਨਵਾਦ ਹੈ ਉੱਧਰ ਬੁੱਧ ਸਿੰਘ ਜੀ ਸੱਦਾ ਸਿੰਘ ਵਾਲੇ ਵਾਲੇ ਉਹ ਵੀ ਪਿਆਰ ਦੇ ਰਹੇ ਆ ਯੂਕੇ ਵਾਲੇ ਸਾਰਿਆਂ ਦਾ ਧੰਨਵਾਦ ਲਿਆ ਵੀ ਪਿੰਡੇ ਦੱਸੀਏ ਆਪਾਂ ਪ੍ਰਗਟ ਸਿੰਘ ਜੀ ਧੰਨਵਾਦ ਤੁਸੀਂ ਸਾਰਾ ਦਿਨ ਰੌਣਕਾਂ ਲਾਈਆਂ ਮੈਂ ਬੇਨਤੀ ਕਰੂੰਗਾ ਸਾਡੇ ਸਕੋਰ ਵੀਰਾਂ ਦਾ ਧੰਨਵਾਦ ਹੈ ਉਹ ਦੱਸਣਗੇ ਕਿੰਨੇ ਕਿੰਨੇ ਨੰਬਰ ਹੈ ਤੇ ਨਾਲ ਆਪਾਂ ਬੈਸਟ ਲੀਡਰ ਜਾਫੀ ਦੱਸਾਂਗੇ ਲਓ 12 ਨੰਬਰ ਆਏ ਨੇ ਹਿੰਮਤਪੁਰੇ ਦੇ ਤੇ ਵਕੀਲਾਂ ਵਾਲੇ ਦੇ ਨੰਬਰ ਨੇ 17.5 ਵਕੀਲਾਂ ਵਾਲੇ ਦੀ ਟੀਮ ਸਰਪੰਚ ਸਾਹਿਬ ਜੀ ਅੱਜ ਦੇ ਦਿਨ ਦੀ ਫਸਟ ਹੈ ਤੇ ਹਿੰਮਤਪੁਰਾ ਸੈਕੰਡ ਹੈ ਲੈ ਵੀ ਬੂਟੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਟ ਦੱਸੇ ਕਿੰਨੀਆਂ ਕਬੱਡੀਆਂ ਪਾਈਆਂ ਕਿਹੜੇ ਮੁੰਡੇ ਨੇ ਅੱਜ ਦੇ ਕਬੱਡੀ ਕੱਪ ਦੇ ਉੱਤੇ ਗਗਨ ਜਲਾਲ ਵਕੀਲਾਂ ਵਾਲੀ ਦੀ ਟੀਮ ਦਾ ਖਿਡਾਰੀ 8 ਕਬੱਡੀਆਂ ਪਾਈਆਂ ਤੇ 8 ਨੰਬਰ ਹਾਸਲ ਕੀਤੇ ਬੈਸਟ ਰੇਡਰ ਗੁੱਗੂ ਨੇ ਵੀ ਭਾਵੇਂ ਬਰਾਬਰ ਰੱਖਿਆ ਕੰਮ ਸਰਪੰਚ ਸਾਹਿਬ ਪਰ ਇੱਕ ਜੱਫਾ ਲੱਗ ਗਿਆ